लंघे एतवार दी रात जिला तरनतारन दे पिंड डेरा साहब तो जिस 3 साला मासूम बच्चे गुरसेवक सिंह नूं अगवा किए जाने का मामला आया सी, जिसनों उसके पिता वालों ही किडनैप करने की साजिश रची गई सी। ते अज उस मामले दे विच नवा मोड़ आया है, जिथे अज तड़के नजदीकी पिंड भट्ठल भाईके तो मासूम बच्चे गुरसेवक सिंह की लाश पिंड विचले पानी वाले सूए के मोगे च फसी मिली है। इसकी सूचना पिंड वासियों वालों पुलिस नूं दित्ते जाण तों बाद पुलिस थाणा श्री गोइंदवाल साहब की पुलिस पार्टी वालों मौके ते पहुंच के कार्रवाई की जा रही है। आओ तुहानूं दिखा दिंदे आ मौके दे हालात। मेरी एज ए ड्यूटी मजिस्ट्रेट ड्यूटी लगी है, तो बाकी पुलिस इन्वेस्टिगेशन करके दस देगी। गड़बड़ी उन्हां दे मापें दे वाले की पोस्टमार्टम किया जाएगा। ਵੀਰ ਜੀ ਮੇਰਾ ਪਿੰਡ ਫੇਲ ਹੋ ਗਿਆ, ਮੇਰੇ ਕੋਲ 10 ਕਿੱਲੇ ਪਹਿਲੀ ਪਿੰਡ ਭੱਠਲ ਭਾਈਕੇ ਦੀ ਠੇਕੇ ਦੇ ਆ, ਅਤੇ ਮੈਂ ਜੀ ਰਾਤ ਡੇਰਾ ਫੀਡ ਰਿਹਾ ਜੀ, 8 ਵਜੇ ਬੱਤੀ ਚੱਲੀ ਫੁੱਲ, ਅਤੇ ਮੈਂ ਸਵੇਰੇ ਮੰਮੀ ਦੀ ਵੇਖਣ ਚੱਲਿਆ ਹਾਂ ਜੀ ਆਪਦੀ। ਜਦੋਂ ਮੈਂ 8 ਵਜੇ ਆਪਣੇ ਘਰੋਂ ਨਿਕਲਿਆ, ਅਤੇ ਆ ਜਦੋਂ ਮੈਂ ਪੁੱਲ 'ਤੇ ਚੜਿਆ, ਮੇਰੀ ਨਿਗਾਹ ਭਾਈ ਮੋਗੇ ਵਾਲ ਵਿੱਚ ਬੱਚਾ ਫਸਿਆ। ਮੈਂ ਉੱਥੇ ਮੋਟਰਸਾਈਕਲ ਬੰਦ ਕਰਕੇ ਆਪਣਾ ਉਸ ਵੇਲੇ ਸਰਦਾਰ ਸੁਖਵੰਤ ਸਿੰਘ ਐਸ ਆਈ ਉਹਨਾਂ ਨੂੰ ਫੋਨ ਕੀਤਾ, ਉਹ ਮੌਕੇ 'ਤੇ ਉਸ ਵੇਲੇ ਹਾਜ਼ਰ ਹੋ ਗਏ ਇੱਥੇ ਜੀ। ਕੀ ਲੱਗਦਾ ਤੁਹਾਨੂੰ ਜਿਹੜਾ ਇਹ ਕੰਮ ਕੀਤਾ ਪਿਤਾ ਵੱਲੋਂ, ਕੀ ਇਹ ਮਾਮਲਾ ਸਾਰਾ ਤੁਹਾਨੂੰ ਪਤਾ ਤੁਹਾਡੇ? ਨਹੀਂ ਆਪਾਂ ਨੂੰ ਕੁਛ ਨਹੀਂ ਪਤਾ ਜੀ, ਆਪਾਂ ਨੇ ਜੋ ਵੇਖਿਆ ਉਹ ਦੱਸਤਾ ਜੀ। ਜਿਵੇਂ ਪਤਾ ਸਾਹਮਣੇ ਆ ਰਿਹਾ ਮੀਡੀਆ ਚੱਲ ਰਿਹਾ ਵੀ ਜਿਵੇਂ ਪਿਤਾ ਵੱਲੋਂ ਕਤਲ ਕੀਤਾ ਗਿਆ ਆਪਣੇ 3 ਸਾਲ ਦੇ ਪੁੱਤ ਦਾ, ਤੁਹਾਨੂੰ ਕਿਵੇਂ ਲੱਗਦਾ ਵੀ ਇਹੋ ਜਿਹਾ ਕੰਮ ਕਰਨਾ ਚਾਹੀਦਾ, ਇਹੋ ਜਿਹਾ ਕੀ ਸਜ਼ਾ ਦੇਣੀ ਚਾਹੀਦੀ? ਇਹੋ ਜਿਹੇ ਬੰਦੇ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਜੀ। ਇਹਦਾ ਪਿਓ ਪੁੱਤ ਦਾ ਰਿਸ਼ਤਾ ਕੀ ਹੁੰਦਾ ਜੀ ਆਪਾਂ ਨੂੰ ਵੀ ਪਤਾ, ਪਰ ਇਹ ਕਦੇ ਸੋਚ ਵੀ ਨਹੀਂ ਸਕਦੇ ਵੀ ਇੰਨਾ ਖੂਨ ਸਫੇਦ ਹੋ ਸਕਦਾ ਇਹਨਾਂ ਦਾ। ਇਹ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ ਜੀ, ਸਾਨੂੰ ਤਾਂ ਬਹੁਤ ਦੁੱਖ ਹੈ ਇਸ ਗੱਲ ਦਾ। ਕੀ ਕਹਿਣਾ ਚਾਹੁੰਦੇ ਲੋਕਾਂ ਨੂੰ, ਕੀ ਸੰਦੇਸ਼ ਦੇਣਾ ਚਾਹੁੰਦੇ? ਮੈਂ ਸੰਦੇਹ ਇਹੋ ਹੀ ਆ ਵੀ ਇਹੋ ਜਿਹੇ ਪਿਓ ਨੂੰ ਤਾਂ ਮਾਰ ਦੇਣਾ ਚਾਹੀਦਾ ਜੀ, ਜਿਹਨੇ ਆਪਣਾ ਬੱਚਾ ਹੀ ਮਾਰਤਾ। ਬਾਬਾ ਜੀ ਕਿਵੇਂ ਦੇਖਦੇ ਜੋ ਇੱਕ ਪ੍ਰਤੱਖ ਉਦਾਹਰਣ ਹੈ, ਖੂਨ ਸਫੇਦ ਹੋ ਚੁੱਕੇ ਨੇ, ਕਹਿ ਸਕਦੇ ਆ, ਕੀ ਕਹਿਣਾ ਚਾਹੋਗੇ? ਇਹ ਤੇ ਅੱਜ ਤੋਂ 100 ਸਾਲ ਪਹਿਲਾਂ ਮਹਾਰਾਜ ਗੁਰੂ ਨਾਨਕ ਦੇਵ ਕਹਿ ਗਏ ਵੀ ਜਿਹੜੀਆਂ ਗਾਵਾਂ ਗਾਂ ਦਿਖਾਣਗੀਆਂ ਤੇ ਆ ਮਤਲਬ ਇਹੋ ਜਿਹੇ ਕੰਮ ਚੱਲਣਗੇ ਜਿਹੜਾ ਕਲ ਯੁੱਗ ਦਾ ਇਹ ਸਮਾਂ ਵਾ। ਇਹ ਬਹੁਤ ਹੀ ਦੁੱਖਦਾਈ ਜਿਹੜੀ ਘਟਨਾ ਵਾਪਰੀ ਆ, ਤੇ ਇਹੋ ਜਿਹਾ ਜਿਹੜਾ ਬੰਦਾ ਵਾ ਮੁਰਜਮ ਉਹਨੂੰ ਕਰੜੀ ਤੋਂ ਕਰੜੀ ਗੌਰਮੈਂਟ ਨੂੰ ਚਾਹੀਦੀ ਆ ਸਜ਼ਾ ਦੇਣੀ। ਅਸੀਂ ਤਾਂ ਇਹੋ ਹੀ ਕਹਿੰਦੇ ਹਾਂ, ਬਹੁਤ ਵੱਡਾ ਪਾਪ ਆ, ਹੋਰ ਤੇ ਆਪਣੇ ਹੱਥ 'ਚ ਨਹੀਂ, ਇਹ ਗੌਰਮੈਂਟ ਦੇ ਹੱਥ 'ਚ ਆ। ਵੇਖੋ ਕੀ ਡਿਸੀਜਨ ਲੈਂਦੀ, ਕੀ ਕਰਦੀ, ਪਤਾ ਤਾਂ ਲੱਗ ਹੀ ਚੁੱਕਾ ਵਾ ਵੀ ਪਿਓ ਦੇ ਨੇ ਕਤਲ ਕੀਤਾ ਵਾ, ਮੰਨ ਗਿਆ ਸਾਰਾ ਕੁਛ। ਤੇ ਬਾਬਾ ਜੀ ਕਿਹੜੀ ਨਹਿਰ ਆ ਤੇ ਕਿੱਥੋਂ ਲੱਭਾ ਡੈਡ ਬੋਡੀ ਬੱਚੇ ਦੀ? ਡੈਡ ਆ ਬਾਬਾ ਜਿਹੜਾ ਮਾਣੋ ਕਿਆ ਮੋੜਿਆ, ਇੱਥੇ ਆ ਨਸ਼ਹਿਰੇ ਦਾ ਰਕਬਾ ਵਾ, ਇਹਦੇ ਵਿੱਚ ਪਾਣੀ ਪੈਂਦਾ ਵਾ, ਤੇ ਇੱਥੇ ਜਦੋਂ ਆਪਣਾ ਹਰਦੀਪ ਸਿੰਘ ਬੰਦਾ ਪਿੰਡ ਫੇਡੋ ਕੇ ਉਹਨੇ ਵੇਖਿਆ ਵਾ, ਉਹਨੇ ਐਸ ਆਈ ਸੁਖਵਿੰਦਰ ਸਿੰਘ ਨੂੰ ਫੋਨ ਕੀਤਾ, ਪੁਲਿਸ ਆ ਗਈ ਮੌਕੇ ਦੇ ਉੱਤੇ। ਬਾਬਾ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਪਿਤਾ ਵੱਲੋਂ ਜਿਹੜਾ ਆਪਣੇ ਬੱਚੇ ਨੂੰ ਮਾਰ ਦਿੱਤਾ ਗਾ, ਕੀ ਕਹਿਣਾ ਚਾਹੁੰਦੇ? ਇਹ ਤੇ ਬਹੁਤ ਹੀ ਜ਼ਿਆਦਾ ਇੱਕ ਭਾਵ ਆ ਵੱਡਾ ਜੀ ਹੋ ਰਿਹਾ, ਤੋਂ ਬਾਅਦ ਇੱਕ ਪਿਓ ਦਾ ਤੇ ਪੁੱਤ ਦਾ ਰਿਸ਼ਤਾ ਬਹੁਤ ਜ਼ਿਆਦਾ ਗਹਿਰਾ ਰਿਸ਼ਤਾ ਵਾ ਜੀ, ਇਹ ਤੋਂ ਬਾਅਦ ਕੋਈ ਰਿਸ਼ਤਾ ਤੇ ਹੁੰਦਾ ਹੀ ਨਹੀਂ। ਤੇ ਕਿਸੇ ਜਿਹੇ ਬੰਦੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ? ਇਹੋ ਹੀ ਅਸੀਂ ਕਹਿੰਦੇ ਆ ਵੀ ਇਹਨੂੰ ਘੱਟੋ ਘੱਟ ਵੀ ਜਿਹੜੀ ਆ ਗੌਰਮੈਂਟ ਦੀ 20 ਸਾਲ ਤੱਕ ਕੈਦ ਚੱਲੀ ਆ। ਠੀਕ ਹੈ, ਨਾਮ ਅਜੇ ਡਿਸਕਲੋਜ਼ ਨਹੀਂ ਕਰਨਾ ਗਾ, ਇਹ ਅੰਗਰੇਜ਼ ਸਿੰਘ ਦਾ ਬੇਟਾ ਜੀ। ਕਿੰਨਾ ਸਾਲ ਦਾ ਸੀ ਇਹ? 3 ਸਾਲ ਉਮਰ ਹੈ। ਕਿੱਥੇ ਲੈ ਕੇ ਜਾਇਆ ਜਾ ਰਿਹਾ ਇਹ? ਪੋਸਟਮਾਰਟਮ ਕਰਾਇਆ ਜਾ ਰਿਹਾ। ਠੀਕ, ਥੈਂਕ ਯੂ। ਪੱਟੀ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਸਾਂਝੀ ਸੋਚ ਟੀਵੀ ਲਈ ਖਾਸ ਰਿਪੋਰਟ।